ਜੇ ਪਾਰਟੀ ਨੇ ਉਹਨਾਂ ਨੂੰ ਥੋੜੇ ਦਿਨ ਵੇਟ ਕਰਨ ਲਈ ਕਿ ਆਪਨੇ ਡਿਸੀਜਨ ਲਈ ਹੀ ਹੈਜ਼ ਟੂ ਵੇਟ ਹੀ ਹੈਜ਼ ਟੂ ਰਿਸਪੈਕਟ ਜੇ ਅਸੀਂ ਪਾਰਟੀ ਸੀਨੀਅਰਸ ਨੂੰ ਰਿਸਪੈਕਟ ਨਹੀਂ ਕਰਾਂਗੇ ਉਹਨਾਂ ਦਾ ਡਿਸੀਜਨ ਆਣ ਦੋ ਫਿਰ ਉਸ ਤੋਂ ਬਾਅਦ ਲੈਟ ਹਿਮ ਟੇਕ ਹਿਸ ਓਨ ਡਿਸੀਜਨ ਦੇਖੋ ਇੰਨੇ 25-30 ਕਰੋੜ ਦੀ ਨੌਕਰੀ ਛੱਡ ਕੇ ਜੇ ਪੰਜਾਬ ਦੇ ਲੋਕਾਂ ਲਈ ਬੈਠਾ ਹੈ ਤੇ ਕਿਸੇ ਰੀਜ਼ਨ ਕਰਕੇ ਬੈਠਾ ਹੈ ਨਾ ਤੇ ਕੋਈ ਵੀ ਨਹੀਂ ਬੈਠਦਾ ਮੇਰੇ ਹਿਸਾਬ ਨਾਲ ਕੋਈ ਨਹੀਂ ਬੈਠਦਾ ਆਹ ਹੁਣ ਫਿਰ ਕੰਟਰੈਕਟ 10 ਕਰੋੜ ਦਾ ਆਇਆ ਸੀਗਾ ਆਹ ਜਿਹੜਾ ਕ੍ਰਿਕਟ ਦਾ ਹੁਣ ਗਈ ਹੈ ਟੀਮ ਜੇ ਉਹ ਛੱਡ ਰਿਹਾ ਕਪਿਲ ਸ਼ੋ ਕਪਿਲ ਦਾ ਹੁਣ ਤੁਹਾਨੂੰ ਵੀ ਪਤਾ ਵੀ ਘਰੇ ਮਿੰਤਾ ਕਰਕੇ ਆਇਆ ਵੀ ਮੈਂ ਸ਼ੋ ਸ਼ੁਰੂ ਕਰਨਾ ਤੂੰ 10 ਕਰੋੜ ਦਾ ਸ਼ੋ ਹੀ ਰਿਫਿਊਜ਼ਡ ਕਿਸਾਨ ਸੜਕਾਂ ਤੇ ਬੈਠਾ ਮੈਂ ਨਹੀਂ ਜਾਣਾ ਕਹਿੰਦੇ ਮੈਂ ਨਹੀਂ ਪੈਸੇ ਕਮਾਣੇ ਮੇਰੇ ਕੋਲ ਖਾਣ ਜੋਗੇ ਪੈਸੇ ਹੈਗੇ ਮੈਂ ਪੰਜਾਬ ਪਿੱਛੇ ਆ ਸੋ ਪੰਜਾਬ ਦੇ ਪਿੱਛੇ ਨੂੰ ਜੋ ਡਿਸੀਜਨ ਲੈਣਾ ਪਏਗਾ ਪੰਜਾਬ ਦੀ ਭਲਾਈ ਲਈ ਉਹ ਲਏਗਾ ਕਿਉਂਕਿ ਉਹ ਸਿਰਫ ਪੰਜਾਬ ਬਾਰੇ ਸੋਚਦਾ ਜੇ ਪਾਰਟੀ ਨੇ ਉਹਨਾਂ ਨੂੰ ਥੋੜੇ ਦਿਨ ਵੇਟ ਕਰਨ ਲਈ ਕਿ ਆਪਨੇ ਡਿਸੀਜਨ ਲਈ ਹੀ ਹੈਜ਼ ਟੂ ਵੇਟ ਹੀ ਹੈਜ਼ ਟੂ ਰਿਸਪੈਕਟ ਜੇ ਅਸੀਂ ਪਾਰਟੀ ਸੀਨੀਅਰਸ ਨੂੰ ਰਿਸਪੈਕਟ ਨਹੀਂ ਕਰਾਂਗੇ ਉਹਨਾਂ ਦਾ ਡਿਸੀਜਨ ਆਣ ਦੋ ਫਿਰ ਉਸ ਤੋਂ ਬਾਅਦ ਲੈਟ ਹਿਮ ਟੇਕ ਹਿਸ ਓਨ ਡਿਸੀਜਨ ਦੇਖੋ ਇੰਨੇ 25-30 ਕਰੋੜ ਦੀ ਨੌਕਰੀ ਛੱਡ ਕੇ ਜੇ ਪੰਜਾਬ ਦੇ ਲੋਕਾਂ ਲਈ ਬੈਠਾ ਹੈ ਤੇ ਕਿਸੇ ਰੀਜ਼ਨ ਕਰਕੇ ਬੈਠਾ ਹੈ ਨਾ ਤੇ ਕੋਈ ਵੀ ਨਹੀਂ ਬੈਠਦਾ ਮੇਰੇ ਹਿਸਾਬ ਨਾਲ ਕੋਈ ਨਹੀਂ ਬੈਠਦਾ ਆਹ ਹੁਣ ਫਿਰ ਕੰਟਰੈਕਟ 10 ਕਰੋੜ ਦਾ ਆਇਆ ਸੀਗਾ ਆਹ ਜਿਹੜਾ ਕ੍ਰਿਕਟ ਦਾ ਹੁਣ ਗਈ ਹੈ ਟੀਮ ਜੇ ਉਹ ਛੱਡ ਰਿਹਾ ਕਪਿਲ ਸ਼ੋ ਕਪਿਲ ਦਾ ਹੁਣ ਤੁਹਾਨੂੰ ਵੀ ਪਤਾ ਵੀ ਘਰੇ ਮਿੰਤਾ ਕਰਕੇ ਆਇਆ ਵੀ ਮੈਂ ਸ਼ੋ ਸ਼ੁਰੂ ਕਰਨਾ ਤੂੰ 10 ਕਰੋੜ ਦਾ ਸ਼ੋ ਹੀ ਰਿਫਿਊਜ਼ਡ ਕਿਸਾਨ ਸੜਕਾਂ ਤੇ ਬੈਠਾ ਮੈਂ ਨਹੀਂ ਜਾਣਾ ਕਹਿੰਦੇ ਮੈਂ ਨਹੀਂ ਪੈਸੇ ਕਮਾਣੇ ਮੇਰੇ ਕੋਲ ਖਾਣ ਜੋਗੇ ਪੈਸੇ ਹੈਗੇ ਮੈਂ ਪੰਜਾਬ ਪਿੱਛੇ ਆ ਸੋ ਪੰਜਾਬ ਦੇ ਪਿੱਛੇ ਨੂੰ ਜੋ ਡਿਸੀਜਨ ਲੈਣਾ ਪਏਗਾ ਪੰਜਾਬ ਦੀ ਭਲਾਈ ਲਈ ਉਹ ਲਏਗਾ ਕਿਉਂਕਿ ਉਹ ਸਿਰਫ ਪੰਜਾਬ ਬਾਰੇ ਸੋਚ